ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਚਾਲ? ਠੀਕ ਆ ਵੀਰ ਜੀ, ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਬਾਈ ਆਪਣਾ? ਪਿਆਰਾ ਸਿੰਘ ਜੀ। ਤੇ ਪਿੰਡ ਬਾਈ? ਪਿੰਡ ਗੈਲਾ ਵੀਰੇ। ਜ਼ਿਲ੍ਹਾ ਬਾਈ? ਲੁਧਿਆਣਾ। ਲੁਧਿਆਣਾ ਜ਼ਿਲ੍ਹਾ। ਤੇ ਬਾਈ, ਜਿਹੜਾ ਤੁਸੀਂ ਆ ਮੰਡੀ ਦੇ ਵਿੱਚ ਆਏ ਹੋ, ਜਗਰਾਓਂ ਮੰਡੀ ਦੇ ਵਿੱਚ, ਕਿਸ ਦਿਨ ਆਏ ਹੋ ਤੁਸੀਂ ਮੰਡੀ 'ਚ? ਇਹ ਪਰਸੋਂ ਦੇ ਆਏ ਹੋਏ ਹਾਂ ਬਾਈ। ਤੁਸੀਂ ਮੰਡੀ ਦੇ ਵਿੱਚ ਪਰਸੋਂ ਦੇ ਆਏ ਹੋ, ਤੇ ਮੰਡੀ ਦਾ ਤੁਹਾਨੂੰ ਮਾਹੌਲ ਕਿੱਦਾਂ ਦਾ ਲੱਗਾ? ਬਹੁਤ ਵਧੀਆ ਮਾਹੌਲ ਆ ਬਾਈ। ਤੇ ਤੁਸੀਂ ਇਹ ਮੰਡੀ ਦੇ ਵਿੱਚ ਆਪਦੇ ਕਿੰਨੇ ਜਾਨਵਰ ਲੈ ਕੇ ਆਏ ਹੋ ਇਸ ਮੰਡੀ ਦੇ ਵਿੱਚ? ਜਾਨਵਰ ਲੈ ਕੇ ਆਂਦੇ ਬਾਈ। ਚਾਰ ਜਾਨਵਰ। ਤੇ ਇਹਨਾਂ ਦੇ ਵਿੱਚੋਂ ਕਿਹੜਾ ਤੁਸੀਂ ਸੇਲ ਕਰਨ ਲਈ ਆਏ ਹੋ, ਕਿਹੜਾ ਦਿਖਾਉਣ ਲਈ ਆਏ ਹੋ? ਇਹ ਸਾਰੇ ਆਪਣੇ ਸੇਲ ਕਰਨ ਲਈ ਨਹੀਂ ਲਿਆਉਂਦੇ, ਦੋ ਲਿਆਉਂਦੇ ਆ ਸੇਲ ਕਰਨ ਲਈ। ਦੋ ਆਪਣੇ ਸਾਹ ਨੇ ਬਾਈ, ਇੱਕ ਨੁਕਰਾ ਇੱਕ ਕਾਲਾ ਮਾਰਵਾ। ਦੋ ਦੀ ਸੇਲ ਕਰਨ ਲਿਆਏ ਹੋ, ਮਤਲਬ ਕਿ ਦੋ ਸੇਲ ਕਰਤੇ ਜਾਂ ਹਜੇ? ਮਤਲਬ ਕਰਤੇ ਸੇਲ। ਤੇ ਮਤਲਬ ਕਿ ਵਧੀਆ ਮੁੱਲ ਮਿਲ ਗਿਆ ਤੁਹਾਨੂੰ? ਬਹੁਤ ਵਧੀਆ ਮੁੱਲ ਮਿਲ ਗਿਆ ਬਾਈ। ਤੁਸੀਂ ਹੁਣ ਆਹ ਘੋੜਾ ਜਿਹੜਾ ਖੜਾ ਤੁਹਾਡਾ, ਇਹ ਘੋੜੇ ਬਾਰੇ ਸਾਨੂੰ ਦੱਸੋ ਵੀ ਕੀ ਨਾਮ ਹੈ, ਇਹਦਾ ਕੀ ਨਸਲ ਹੈ, ਕਿਹੜਾ ਖਾਨਦਾਨ? ਇਹ ਬਾਬਰ ਘੋੜੇ ਦਾ ਬੱਚਾ ਬਾਈ, ਇਹਦਾ ਰਿਜ਼ਲਟ ਬਹੁਤ ਵਧੀਆ ਆਉਂਦਾ। ਠੀਕ ਹੈ ਜੀ। ਅਤੇ ਇਹਦਾ ਕੱਦ 64 ਇੰਚ। 64 ਇੰਚ ਕੱਦ ਆ। ਅਤੇ ਬਾਈ ਉਮਰ ਕਿੰਨੀ ਹੈ ਘੋੜੇ ਦੀ? ਉਮਰ ਇਹਦੀ 6 ਸਾਲ ਆ ਬਾਈ। ਅਤੇ ਤੁਹਾਡੇ ਸਟੱਡ ਫਾਰਮ ਦਾ ਕੀ ਨਾਮ ਹੈ ਬਾਈ? ਗਿੱਲ ਸਟੱਡ ਫਾਰਮ ਆ ਬਾਈ। ਠੀਕ ਆ ਬਾਈ। ਇਹ ਜੇ ਆਪਾਂ ਗੱਲ ਕਰੀਏ ਵੀ ਤੁਹਾਨੂੰ ਘੋੜਿਆਂ ਦਾ ਸ਼ੌਂਕ ਫੈਮਿਲੀ 'ਚੋਂ ਸੀਗਾ ਜਾਂ ਤੁਹਾਡਾ ਆਪਦਾ ਫੈਮਿਲੀ ਤੋਂ ਹੀ ਸ਼ੁਰੂ? ਫੈਮਿਲੀ ਤੋਂ ਹੀ ਆ ਵੀਰੇ। ਅਤੇ ਤੁਹਾਡੇ ਅੱਗੇ ਬੱਚਿਆਂ ਨੂੰ ਇਹ ਘੋੜਿਆਂ ਦੇ ਵਿੱਚ ਇੰਟਰਸਟ ਹੈਗਾ? ਹਾਂ, ਸਾਰੇ ਬੱਚਿਆਂ ਨੂੰ ਇੰਟਰਸਟ ਆ ਬਾਈ ਇਹਦੇ। ਵੀ ਉਹ ਇੰਟਰਸਟ ਲੈਂਦੇ ਆ ਘੋੜਿਆਂ 'ਚ? ਹਾਂਜੀ, ਪੂਰਾ ਇੰਟਰਸਟ। ਅਤੇ ਮਤਲਬ ਕਿ ਤੁਹਾਨੂੰ ਹੈਗੇ ਬਈ ਉਮੀਦ ਬਈ ਅੱਗੇ ਉਹ ਜਾ ਕੇ ਘੋੜੇ ਰੱਖਣਗੇ? ਹਾਂ ਬਿਲਕੁਲ ਜੀ, ਰੱਖਣਗੇ। ਹੁਣ ਸਾਨੂੰ ਬਈ ਆਹ ਘੋੜੇ ਬਾਰੇ ਦੱਸੋ ਬਈ, ਜਿਹੜਾ ਆਹ ਤੁਸੀਂ ਘੋੜਾ ਲੈ ਕੇ ਆਏ ਹੋ, ਇਹਦੇ ਬਾਰੇ ਵੀ ਮੀਟਿੰਗ ਦੇ ਤਿਆਰ ਹੈ ਜੇ ਘੋੜਾ? ਹਾਂਜੀ, ਪੂਰਾ ਤਿਆਰ ਆ। ਤੇ ਰਿਜ਼ਲਟ ਇਹਦੇ ਕਿੱਦਾਂ ਦੇ ਆ ਰਹੇ? ਯਾਰ ਰਿਜ਼ਲਟ ਬਹੁਤ ਵਧੀਆ ਰਿਹਾ, ਸਾਹਮਣੇ ਕਾਲੀ ਘੋੜੀ ਨਿਸ਼ੇਰੀ ਖੜੀ ਆ ਜੀ। ਅੱਛਾ ਜੀ, ਮਤਲਬ ਇਹਦੀ ਆ ਉਹ ਬਈ। ਤੁਸੀਂ ਇਹ ਮੀਟਿੰਗ ਫੀਸ ਕਿੰਨੀ ਰੱਖੀ ਹੈ ਘੋੜੇ ਦੀ? 11,000 ਮੀਟਿੰਗ ਫੀਸ ਆ ਬਾਈ। 11,000 ਰੁਪਏ ਤੁਸੀਂ ਮੀਟਿੰਗ ਫੀਸ ਰੱਖੀ ਹੋਈ ਆ। ਪਰ ਕਈ ਘੋੜਾ ਪਾਲਕ ਜਿਵੇਂ ਹੁਣ ਅਫੋਰਡ ਨਹੀਂ ਕਰ ਸਕਦੇ ਉਹਨਾਂ ਨਾਲ, ਤੁਸੀਂ ਉਹਨਾਂ ਦੀ ਕੋਈ ਹੈਲਪ ਕਰਦੇ ਹੋ? ਬਿਲਕੁਲ ਕਰ ਦਈ ਦੀ ਆ ਜੀ। ਹਾਂਜੀ। ਅਤੇ ਬਾਈ ਕਿੰਨੀ ਫੀਸ ਲੈਂਦੇ ਹੋ ਵੀ ਜਿਹੜੇ ਵੀਰ? ਨਹੀਂ, ਅਤੇ ਸਾਡੀ ਫਿਕਸ ਫੀਸ 11,000 ਬਾਈ। ਮਤਲਬ ਕਿ ਫਿਕਸ ਆ ਫੀਸ ਬਈ। ਜਿਵੇਂ ਹੁਣ ਘੋੜਾ ਪਾਲਕ ਨਵੇਂ ਆ ਰਹੇ ਹੈ ਨਾ ਘੋੜਾ ਲਾਈਨ ਦੇ ਵਿੱਚ, ਤੁਸੀਂ ਉਹਨਾਂ ਨੂੰ ਖੁਰਾਕ ਦੱਸਣ ਦੇ ਵਿੱਚ ਮਦਦ ਕਰਦੇ ਹੋ, ਕਿਹੜਾ ਘੋੜਾ ਚੰਗਾ ਕਿਹੜਾ ਮਾੜਾ? ਪੂਰੀ ਮਦਦ ਕਰਦੇ ਹਾਂ ਜੀ, ਪੂਰੀ ਮਦਦ ਕਰਦੇ ਹੋ। ਬਹੁਤ ਬਹੁਤ ਧੰਨਵਾਦ ਬਾਈ, ਤੁਸੀਂ ਸਮਾਂ ਕੱਢਿਆ ਸਾਡੇ ਲਈ। ਅਤੇ ਬਾਈ ਇੱਕ ਵਾਰੀ ਤੁਸੀਂ ਆਪਦਾ ਨੰਬਰ ਬੋਲ ਦਿਓ ਵੀ, ਜਿਹਨੂੰ ਕੋਈ ਹੈਲਪ ਚਾਹੀਦੀ ਹੋਈ ਤੁਹਾਨੂੰ ਫੋਨ ਕਰ। 98-40-24-862-8 98-40-24-862-8 ਬਾਈ, ਦਰਸ਼ਕੋ ਨੰਬਰ ਨੋਟ ਕਰ ਲਓ ਬਾਈ ਉਹਨਾਂ ਦਾ, ਜੇ ਕੋਈ ਹੈਲਪ ਚਾਹੀਦੀ ਬਾਈ ਉਹਨਾਂ ਨੂੰ ਸਿੱਧਾ ਫੋਨ ਕਰ ਲਿਓ। ਅਤੇ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਸੋ ਉਮੀਦ ਕਰਦੇ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਅਤੇ ਆਪਣੇ ਪੇਜ ਨੂੰ ਲਾਈਕ ਕਰ ਲਿਓ, ਜੇ ਤੁਸੀਂ ਵੀਡੀਓ ਯੂਟਿਊਬ 'ਤੇ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।